ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 18th ਸੀਜ਼ਨ ਦੇ 3rd ਕੁਆਟਰ ਫਾਈਨਲ ਰਾਊਂਡ 'ਚ ਸਾਡੇ ਦਰਸ਼ਕਾਂ ਪਾਸੋਂ ਆਮ ਤੌਰ 'ਤੇ ਬੜੇ ਕੁਐਸਚਨਸ ਸਾਨੂੰ ਪੁੱਛਦੇ ਰਹਿੰਦੇ ਹਨ ਬਹੁਤ ਸਾਰੇ ਦਰਸ਼ਕ ਇਹ ਕਹਿੰਦੇ ਹਨ ਕਿ ਸਾਡੇ ਇੱਥੇ ਇੱਕ ਪ੍ਰਚਾਰਕ ਆਏ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੇ ਇਤਿਹਾਸ ਨੂੰ ਇਸ ਤਰ੍ਹਾਂ ਸੁਣਾਇਆ ਦੂਜੇ ਪ੍ਰਚਾਰਕ ਆਏ ਉਸ ਵਿਦਵਾਨ ਨੇ ਕੁਛ ਹੋਰ ਤਰ੍ਹਾਂ ਇਤਿਹਾਸ ਬਾਰੇ ਗੱਲ ਕਰ ਦਿੱਤੀ ਗੁਰਬਾਣੀ ਬਾਰੇ ਇਸ ਤਰ੍ਹਾਂ ਗੱਲ ਕਰ ਦਿੱਤੀ ਸਾਡੀ ਸਾਰੇ ਦਰਸ਼ਕਾਂ ਨੂੰ ਇੱਕ ਹੀ ਰਾਏ ਹੈ ਅਸੀਂ ਇਸ ਪਲੈਟਫਾਰਮ ਤੋਂ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਗੁਰਬਾਣੀ ਦੇ ਚਾਨਣ 'ਚ ਸਾਨੂੰ ਆਪਣਾ ਇਤਿਹਾਸ ਵਾਚਣ ਅਤੇ ਸਮਝਣ ਦੀ ਲੋੜ ਹੈ ਕਨਫਲਿਕਟਿੰਗ ਵਿਊਜ਼ ਹੋਣ 'ਤੇ ਯੂ ਆਰ ਦਾ ਬੈਸਟ ਡਿਸੀਜਨ ਮੇਕਰ ਗੁਰਬਾਣੀ ਸਾਨੂੰ ਜਿਹੜਾ ਵਿਜ਼ਨ ਜਿਹੜੀ ਲੌਜਿਕ ਸਾਇੰਟਿਫਿਕ ਗੱਲ ਕਰਦੀ ਹੈ ਉਹਦੇ ਮੁਤਾਬਿਕ ਇਤਿਹਾਸ ਨੂੰ ਦੇਖੀਏ ਕਿਉਂਕਿ ਇਤਿਹਾਸ ਦੇ ਵਿੱਚ ਵੈਸਟਡ ਇੰਟਰਸਟ ਵੱਲੋਂ ਔਰ ਭੋਲੇਪਨ ਦੇ ਵਿੱਚ ਬੜੀਆਂ ਹੀ ਐਸੀਆਂ ਗੱਲਾਂ ਲਿਖ ਦਿੱਤੀਆਂ ਗਈਆਂ ਹਨ ਜਿਹੜੀ ਗੁਰਬਾਣੀ ਦੇ ਸਿਧਾਂਤ ਔਰ ਵਿਜ਼ਨ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ ਸੋ ਸੁਚੇਤ ਹੋਈਏ ਪ੍ਰਚਾਰਕਾਂ ਅਤੇ ਵਿਦਵਾਨਾਂ ਨੂੰ ਵੀ ਸਨੇਮਰ ਬੇਨਤੀ ਹੈ ਕਿ ਜੇ ਪਿੱਛੋਂ ਕੋਈ ਗੱਲ ਇਤਿਹਾਸ ਦੇ ਵਿੱਚ ਵਿਦਆਊਟ ਸਾਇੰਟਿਫਿਕ ਸੋਰਸ ਸਾਡੇ ਕੋਲ ਆਉਂਦੀ ਹੈ ਤਾਂ ਅਸੀਂ ਉਸਨੂੰ ਗੁਰਬਾਣੀ ਦੇ ਨਾਲ ਉਹਦੀ ਯਾਰਡ ਸਟਿਕ ਦੇ ਨਾਲ ਇੱਕ ਕਸਵੱਟੀ ਰੂਪ ਵਰਤ ਕੇ ਗੁਰਬਾਣੀ ਨੂੰ ਚੈੱਕ ਕਰ ਲਈਏ ਕਿ ਇਹ ਇਤਿਹਾਸ ਠੀਕ ਵੀ ਹੈ ਜਾਂ ਨਹੀਂ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਕਾਫੀ ਕੁਝ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਸੰਗਤ ਸਾਡੇ ਦਰਸ਼ਕ ਗੁਰਬਾਣੀ ਨੂੰ ਸਾਹਮਣੇ ਚਾਨਣ ਮੁਨਾਰਾ ਰੱਖ ਕੇ ਇਤਿਹਾਸ ਨੂੰ ਵਾਚਣ ਅਤੇ ਮੈਜਿਕ ਵਾਲੀਆਂ ਚੀਜ਼ਾਂ ਨੂੰ ਅਵੋਇਡ ਕਰਕੇ ਲੌਜੀਕਲ ਗੱਲ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਲੌਜੀਕਲ ਗੱਲ ਜਿਹੜੀ ਹੈ ਉਸਨੂੰ ਸਮਝਣ ਅਤੇ ਅਪਣਾਉਣ ਸੋ ਆਓ ਸਾਡੀਆਂ ਟੀਮਾਂ ਵੀ ਇਸ ਤਰ੍ਹਾਂ ਹੀ ਪ੍ਰਿਪੇਅਰ ਹੋ ਕੇ ਆਉਂਦੀਆਂ ਹਨ ਅਸੀਂ ਇਨਵਾਈਟ ਕਰ ਰਹੇ ਹਾਂ ਆਪਣੀ ਰਾਸ ਟੀਮ ਨੂੰ ਜਿਹੜੀ ਪ੍ਰਿਲਿਮਨਰੀ ਰਾਊਂਡ ਕੁਆਲੀਫਾਈ ਕਰਕੇ ਇੱਥੇ ਅੱਜ ਕੁਆਟਰ ਫਾਈਨਲ ਰਾਊਂਡ 'ਚ ਪ੍ਰਵੇਸ਼ ਕਰ ਗਈ ਹੈ ਜੀ ਆਇਆਂ ਨੂੰ ਜੀ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਰਜੀਤ ਕੌਰ ਮਾਲਵਿਆ ਨਗਰ ਤੋਂ ਸਭ ਤੋਂ ਪਹਿਲੇ ਮੈਂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸ਼ੁਕਰਾਨਾ ਕਰਨਾ ਚਾਹਾਂਗੀ ਜਿਨ੍ਹਾਂ ਦੀ ਕਿਰਪਾ ਦੇ ਸਦਕੇ ਅਸੀਂ ਕੁਆਟਰ ਫਾਈਨਲ ਤੱਕ ਪਹੁੰਚੇ ਹਾਂ ਅਤੇ ਮੈਂ ਇੱਕ ਗੱਲ ਹੋਰ ਵੀ ਸਾਂਝੀ ਕਰਨਾ ਚਾਹਾਂਗੀ ਜ਼ਰੂਰ ਬਾਣੀ ਪਹਿਲੇ ਵੀ ਪੜ੍ਹੀ ਦੀ ਸੀ ਸਮਝੀ ਦੀ ਵੀ ਸੀ ਸ਼ਾਇਦ ਅਸੀਂ ਆਪਣੇ ਵਿਵਹਾਰ 'ਚ ਨਹੀਂ ਲਾਉਂਦੇ ਸੀ ਜਦ ਇਸ ਪ੍ਰੋਗਰਾਮ ਨਾਲ ਅਸੀਂ ਜੁੜੇ ਹਾਂ ਆਪਣੇ ਸਿੱਖ ਵਿਰਸੇ ਨਾਲ ਜੁੜੇ ਹਾਂ ਬਾਣੀ ਨੂੰ ਪੜ੍ਹਨ ਵੀ ਲੱਗੇ ਹਾਂ ਸਮਝਣ ਵੀ ਲੱਗੇ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਲਿਆਉਣ ਲੱਗੇ ਹਾਂ ਇਹਦੇ ਨਾਲ ਮੇਰਾ ਮਨ ਬਹੁਤ ਬਹੁਤ ਸ਼ਾਂਤ ਰਹਿਣ ਲੱਗਿਆ ਕੁਲਵਿੰਦਰ ਕੌਰ ਫਰੋਮ ਮਾਲਵੀਆ ਨਗਰ ਅੱਜ ਅਸੀਂ ਪਰਮਾਤਮਾ ਦੀ ਮਿਹਰ ਸਦਕਾ ਇਸ ਮੰਚ 'ਤੇ ਪਹੁੰਚੀ ਹਾਂ ਬਹੁਤ ਵਧੀਆ ਜੀ ਆਓ ਜੀ ਨੇਹ ਟੀਮ ਪਲੀਜ਼ ਇਹ ਵੀ ਇੱਕ ਪ੍ਰੀਲਿਮਨਰੀ ਰਾਊਂਡ ਕੁਆਲੀਫਾਈ ਕਰਕੇ ਇੱਥੇ ਪੁੱਜੇ ਹਾਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਨ ਕੌਰ ਮੈਂ ਦੇਹਰਾਦੂਨ ਤੋਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਕਿ ਮੈਂ ਇੱਥੇ ਪਹੁੰਚੀ ਹਾਂ ਕੁਆਟਰ ਫਾਈਨਲਸ ਦੇ ਰਾਊਂਡ 'ਚ ਪਹਿਲੇ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਸੀ ਪਰ ਆਓ ਬਣੀਆਂ ਗੁਰਸਿੱਖ ਪਿਆਰਾ ਦੇ ਜ਼ਰੀਏ ਮੈਨੂੰ ਪੰਜਾਬੀ ਪੜ੍ਹਨੀ ਵੀ ਆਉਂਦੀ ਹੈ ਅਤੇ ਮੈਂ ਚੰਗੀ ਤਰ੍ਹਾਂ ਬੋਲ ਵੀ ਪਾਉਂਦੀ ਹਾਂ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਮੈਂ ਹਰਪ੍ਰੀਤ ਕੌਰ ਮੈਂ ਦਿੱਲੀ ਤੋਂ ਹੀ ਹਾਂ ਮੈਂ ਪਹਿਲਾਂ ਮੈਂ ਇਸ ਸ਼ੋਅ ਤੋਂ ਜੁੜਨ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹ 'ਤੇ ਚੱਲ ਰਹੀ ਹਾਂ ਇਹਦੇ ਨਾਲ ਰੂਲਸ ਸ਼ੇਅਰ ਕਰਦੇ ਹਾਂ ਫੁੱਲ 10 ਮਾਰਕਸ ਫੋਰ ਈਚ ਕਰੈਕਟ ਆਨਸਰ ਪਾਸ ਹੋਣ 'ਤੇ ਆਪ ਜੀ ਨੂੰ ਬੋਨਸ ਮਾਰਕਸ ਮਿਲਣਗੇ ਇੱਕ ਲਾਈਫ ਲਾਈਨ ਦੋਨੋਂ ਟੀਮਸ ਪਾਸ ਹੋਏਗੀ ਜੀ ਐਕਸਪਰਟ ਐਡਵਾਈਸ ਦੀ ਸਾਡੀ ਸਿੰਸੀਅਰ ਐਡਵਾਈਸ ਹੈ ਕਿ ਤੁਸੀਂ ਇਹ ਲਾਈਫ ਲਾਈਨ ਜ਼ਰੂਰ ਯੂਜ਼ ਕਰੋ ਤਾਂ ਕਿ ਤੁਸੀਂ ਗੇਮ ਵਿੱਚ ਬਣੇ ਰਹੋ ਲਓ ਜੀ ਪਹਿਲਾ ਕੁਐਸਚਨ ਹੁਣ ਰਾਸ ਟੀਮ ਲਈ ਆ ਰਿਹਾ ਹੈ ਸਿੱਖੀ ਵਿੱਕੀ ਸਿੱਖੀ ਵਿੱਕੀ ਦੇ ਵਿੱਚੋਂ ਡਾਇਰੈਕਟ ਕੁਐਸਚਨ ਫੋਰ ਰਾਸ ਟੀਮ ਨੋ ਆਨ ਯੋਰ ਸਕਰੀਨ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਮਿਊਜ਼ੀਅਮ ਹੈਜ਼ ਬੀਨ ਇਸਟੈਬਲਿਸ਼ਡ ਇਨ ਵਿਚ ਸਿਟੀ ਆਫ ਇੰਡੀਆ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਅਜਾਇਬ ਘਰ ਮੱਧ ਭਾਰਤ ਦੇ ਕਿਹੜੇ ਸ਼ਹਿਰ ਵਿੱਚ ਸਥਾਪਿਤ ਕੀਤਾ ਗਿਆ ਹਾਂਜੀ ਛੱਤੀਸਗੜ੍ਹ ਰਾਏਪੁਰ ਵਿੱਚ ਛੱਤੀਸਗੜ੍ਹ ਦੇ ਸ਼ਹਿਰ ਰਾਏਪੁਰ ਦੇ ਵਿੱਚ ਆਪ ਜੀ ਕਹਿਣਾ ਚਾਹੁੰਦੇ ਹੋ ਸੋ ਮਤਲਬ ਸਿਟੀ ਜਿਹੜੀ ਹੋ ਗਈ ਕਿਉਂਕਿ ਸਿਟੀ ਸੀ ਕੁਐਸਚਨ ਵਿੱਚ ਤੋ ਸਿਟੀ ਆਪ ਜੀ ਨੇ ਰਾਏਪੁਰ ਕਹਿਤਾ ਵਿੱਚ ਵੈਰੀ ਕਰੈਕਟ ਆਨਸਰ ਫੁੱਲ 10 ਮਾਰਕਸ ਫੋਰ ਦਿਸ ਟੀਮ
ਅਸੀਂ ਰਾਏਪੁਰ ਦੀ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕਰਕੇ ਅਤੇ ਉੱਥੇ ਇਹੋ ਜਿਹਾ ਇੱਕ ਮਿਊਜ਼ੀਅਮ ਇਸਟੈਬਲਿਸ਼ ਕੀਤਾ। ਇਟਸ ਵੈਰੀ ਗੁੱਡ। ਅਗਲਾ ਕੁਐਸਚਨ ਜੀ, ਨੇਹ ਟੀਮ ਲਈ ਹੁਣ ਉਹਨਾਂ ਦੀ ਸਕਰੀਨ 'ਤੇ। ਵਿੱਚ ਏਅਰਲਾਈਨ ਸਟਾਰਟਿਡ ਅ ਡੇਲੀ ਫਲਾਈਟ ਫਾਰ ਅੰਮ੍ਰਿਤਸਰ ਟੂ ਸ਼ਾਰਜਾ ਇਨ ਅਕਤੂਬਰ 2019? ਕਿਹੜੀ ਏਅਰਲਾਈਨ ਨੇ 1 ਅਕਤੂਬਰ 2019 ਤੋਂ ਸ਼ਾਰਜਾ ਲਈ ਅੰਮ੍ਰਿਤਸਰ ਰਾਹੀਂ ਰੋਜ਼ਾਨਾ ਉਡਾਣ ਸ਼ੁਰੂ ਕੀਤੀ ਹੈ? ਇੰਡੀਗੋ। ਇੰਡੀਗੋ, ਆਰ ਯੂ ਸ਼ੋਰ? ਇਹਨਾਂ ਦੀ ਵੀ ਇਹੀ ਰਾਏ ਪੜ੍ਹਿਆ ਆਪ ਜੀ ਨੇ ਵੀ? ਬਿਲਕੁਲ ਠੀਕ ਜਵਾਬ ਹੈ ਜੀ, ਫੁੱਲ 10 marks। ਇੰਡੀਗੋ ਨੇ ਸ਼ਾਰਜਾ ਐਂਡ ਅੰਮ੍ਰਿਤਸਰ ਦੇ ਵਿੱਚ ਇਹ ਫਲਾਈਟ ਸ਼ੁਰੂ ਕੀਤੀ ਆ ਅਕਤੂਬਰ ਤੋਂ। ਸੋ 10 marks ਆਪ ਜੀ ਨੂੰ ਮਿਲ ਗਏ ਹਨ। ਵਧਾਂਗੇ ਆਪਣੀ ਰਾਸ ਟੀਮ ਵੱਲ, ਅਗਲਾ ਰਾਊਂਡ ਲੈ ਕੇ ਕਰੰਟ ਅਫੇਅਰਸ 'ਚੋਂ, ਚਲੰਤ ਮਾਮਲੇ, ਇਹਨਾਂ ਵਿੱਚੋਂ ਦੋਨੋਂ ਟੀਮਸ ਨੂੰ ਇੱਕ ਇੱਕ ਕਰਕੇ ਕੁਐਸਚਨ ਆਉਣਾ ਹੈ। ਇਹ ਹੁਣ ਆਪ ਜੀ ਦੀ ਸਕਰੀਨ 'ਤੇ। ਵਿੱਚ ਸਿੱਖ ਹੈਜ਼ ਬੀਨ ਨੇਮਡ ਐਜ ਟੋਪ ਐਥਨਿਕ ਮਾਈਨੋਰਟੀ ਐਗਜ਼ੀਕਿਊਟਿਵ ਇਨ ਦੀ ਵਰਲਡ ਇਨ ਐਨ ਐਨੂਅਲ ਰੈਂਕਿੰਗ ਆਫ ਐਥਨਿਕ ਮਾਈਨੋਰਟੀ ਰੋਲ ਮਾਡਲਸ ਇਨ ਬਿਜ਼ਨਸ? ਕਿਸ ਸਿੱਖ ਨੂੰ ਕਾਰੋਬਾਰ ਵਿੱਚ ਨਸਲੀ ਘੱਟ ਗਿਣਤੀ ਰੋਲ ਮਾਡਲਾਂ ਦੀ ਸਾਲਾਨਾ ਰੈਂਕਿੰਗ ਵਿੱਚ ਵਿਸ਼ਵ ਵਿੱਚ ਚੋਟੀ ਦੇ ਨਸਲੀ ਘੱਟ ਗਿਣਤੀ ਕਾਰਜਕਾਰੀ ਵਜੋਂ ਜਾਣਿਆ ਜਾਂਦਾ ਹੈ? ਮਾਸਟਰ ਕਾਰਡ ਦੇ ਸਾਡੇ ਸਾਰਿਆਂ ਦੇ ਪਾਕਟ ਜਿਹੜੇ ਕਾਰਡ ਹੁੰਦੇ ਨੇ, ਜਾਂ ਉਹ ਮਾਸਟਰ ਜਾਂ ਵੀਸਾ, ਠੀਕ ਹੈ ਨਾ ਜੀ? ਸੋ ਇਹ ਬੜੀ ਵੱਡੀ ਇੱਕ ਪ੍ਰਾਪਤੀ ਹੈ ਇੱਕ ਸਿੱਖ ਲਈ ਕਿ ਮਾਸਟਰ ਕਾਰਡ ਦੇ CEO ਆਪ ਜੀ ਦਾ ਜਵਾਬ ਬਿਲਕੁਲ ਠੀਕ ਹੈ। ਸਰਦਾਰ ਅਜੇ ਸਿੰਘ ਬਾਂਗਾ, ਚੀਫ ਐਗਜ਼ੀਕਿਊਟਿਵ ਐਂਡ ਪ੍ਰੈਜ਼ੀਡੈਂਟ ਆਫ ਮਾਸਟਰ ਕਾਰਡ। ਅਸੀਂ ਸੈਲਿਊਟ ਕਰਦੇ ਹਾਂ ਜਿਨ੍ਹਾਂ ਨੇ ਸਿੱਖੀ ਸਰੂਪ ਦੇ ਵਿੱਚ ਇਤਨੀ ਵੱਡੀ ਪ੍ਰਾਪਤੀ ਕੀਤੀ ਹੈ, ਔਰ ਉਹ ਵਰਲਡ ਦੇ ਵਿੱਚ ਮਾਈਨੋਰਟੀ ਦਾ ਵੀ ਰਿਪ੍ਰਜੈਂਟੇਸ਼ਨ ਕਰ ਰਹੇ ਹਨ। ਸੋ ਵਧਾਂਗੇ ਜੀ ਆਪਣੇ ਅਗਲਾ ਕੁਐਸਚਨ ਲੈ ਕੇ ਕਰੰਟ ਅਫੇਅਰਸ 'ਚੋਂ, ਨੇਹ ਟੀਮ ਵੱਲ। ਵਿੱਚ ਸਿੱਖ ਆਟੋ ਡਰਾਈਵਰ ਰਨਸ ਫਰੀ ਆਟੋ ਐਂਬੂਲੈਂਸ ਆਨ ਦਾ ਰੋਡਸ ਆਫ ਦਿੱਲੀ ਸਿੰਸ 1978? ਕਿਹੜਾ ਸਿੱਖ ਆਟੋ ਡਰਾਈਵਰ 1978 ਤੋਂ ਦਿੱਲੀ ਦੀਆਂ ਸੜਕਾਂ ਤੋਂ ਮੁਫਤ ਆਟੋ ਐਂਬੂਲੈਂਸ ਚਲਾਉਂਦਾ ਹੈ? ਸਰਦਾਰ ਹਰਜਿੰਦਰ ਸਿੰਘ। ਤੁਸੀਂ ਮੇਰਾ ਸਰਨਾਮਾ ਲੱਭ ਲਿਆ ਬੰਦਾ, ਵੈਰੀ ਗੁੱਡ। ਫੁੱਲ 10 marks ਫੋਰ ਦਿਸ ਟੀਮ, ਸਰਦਾਰ ਹਰਜਿੰਦਰ ਸਿੰਘ। ਅਸੀਂ ਇਹਨਾਂ ਨੂੰ ਸੈਲਿਊਟ ਕਰਦੇ ਹਾਂ ਜਿਹੜੇ ਸਰਬੱਤ ਦੇ ਭਲੇ ਦੀ ਸੋਚ ਦੇ ਨਾਲ ਇਹ ਐਂਬੂਲੈਂਸ ਚਲਾ ਰਹੇ ਹਨ। ਸੋ ਫੁੱਲ 10 marks ਟੂ ਦਿਸ ਟੀਮ ਆਲਸੋ, ਐਂਡ ਵੀ ਮੂਵ ਟੂ ਰਾਸ ਟੀਮ ਫੋਰ ਨੈਕਸਟ ਕੁਐਸਚਨ। ਵਰਡ ਮੀਨਿੰਗ, ਸ਼ਬਦ ਅਰਥ, ਠੀਕ ਹੈ ਜੀ? ਗੁਰਬਾਣੀ ਦੇ ਵਿੱਚੋਂ ਵਰਡਸ ਹੋਣਗੇ, ਆਪ ਜੀ ਨੇ ਉਹਦਾ ਮੀਨਿੰਗ ਦੱਸਣਾ। ਪਹਿਲਾ ਕੁਐਸਚਨ ਰਾਸ ਟੀਮ ਲਈ ਉਹਨਾਂ ਦੀ ਸਕਰੀਨ 'ਤੇ। ਦੀ ਵਰਡ ਗੁਰੂ ਬਿਲੋਂਗਸ ਟੂ ਵਿਚ ਲੈਂਗੁਏਜ ਐਂਡ ਵਟ ਡਜ਼ ਇਟ ਮੀਨ? ਗੁਰੂ ਕਿਸ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਕੀ ਅਰਥ ਹੈ? ਆਪ ਜੀ ਦੀ ਲਾਈਫ ਲਾਈਨ ਜੀਵਿਤ ਹੈ ਦੋਨੋਂ ਟੀਮਸ ਦੀ। ਜਿਸ ਵੇਲੇ ਵੀ ਆਪ ਜੀ ਨੂੰ ਕੁਛ ਭੁਲੇਖਾ ਹੋਏ, ਆਪ ਜੀ ਜ਼ਰੂਰ ਲਾਈਫ ਲਾਈਨ ਯੂਜ ਕਰੋ। ਲਾਈਫ ਲਾਈਨ ਯੂਜ ਕਰਨਾ ਚਾਹੁੰਦੇ ਹਨ ਰਾਸ ਟੀਮ ਦੇ ਮੈਂਬਰਸ। ਸੋ ਸਾਡੇ ਨਾਲ ਅੱਜ ਕਰਨਲ ਪ੍ਰਦੁਮਨ ਸਿੰਘ ਜੀ ਫਰੋਮ ਪੂਨੇ, ਉਹ ਸਾਡੇ ਨਾਲ ਜੁੜੇ ਹਨ। ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਅਤੇ ਨਾਲ ਹੀ ਰਿਕੁਐਸਟ ਕਰਦਾ ਹਾਂ ਕਿ ਰਾਸ ਟੀਮ ਨੂੰ ਇਸ ਸ਼ਬਦ ਦਾ ਅਰਥ ਦੱਸ ਕੇ ਇਸ ਵਰਡ ਦਾ ਇਸ ਗੇਮ ਵਿੱਚ ਅੱਗੇ ਵਧਾਉਣ ਜੀ। ਗੁਰੂ ਸੰਸਕ੍ਰਿਤ ਭਾਸ਼ਾ ਦਾ ਇੱਕ ਸ਼ਬਦ ਹੈ। ਇਸ ਦਾ ਮਤਲਬ ਹੈ ਕਿ ਗੁਰੂ ਤੁਹਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੇ ਚਾਨਣ ਵਿੱਚ ਲੈ ਕੇ ਜਾਂਦਾ ਹੈ। ਆਪ ਜੀ ਨੇ ਕਰਨਲ ਪ੍ਰਦੁਮਨ ਸਿੰਘ ਜੀ ਦਾ ਜਵਾਬ ਸੁਣਿਆ ਹੈ, ਤੋ ਇੱਕ ਵਾਰੀ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਜੇ ਆਪ ਜੀ ਸਮਝਦੇ ਹੋ ਜਵਾਬ ਠੀਕ ਹੈ ਤਾਂ। ਠੀਕ ਹੈ ਜੀ, ਅੱਛਾ। ਤੋ ਕਿਸ ਭਾਸ਼ਾ ਦਾ ਇਹ ਵਰਡ ਹੈ ਜੀ? ਸੰਸਕ੍ਰਿਤ ਭਾਸ਼ਾ ਦਾ। ਤੇ ਕੀ ਇਹਦਾ ਮੀਨਿੰਗ ਕੀ ਹੈ? ਕਿ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਤੋਂ ਕੱਢ ਕੇ ਚਾਨਣ ਵੱਲ ਪਾਉਣਾ, ਪ੍ਰਭੂ ਦੇ ਗਿਆਨ ਦੇ ਨਾਲ ਜੋੜਨਾ। ਓਕੇ, ਹਨੇਰੇ ਤੋਂ ਚਾਨਣ ਵੱਲ ਲਿਜਾਉਣ, ਰੂਹ ਮੀਨਸ ਗੂ ਅਤੇ ਰੂਹ, ਠੀਕ ਹੈ ਜੀ। ਸੋ
सो 10 मार्क्स आप जी के स्कोर जुड़ गए और असी वधांगे जी शब्द अर्थ वाला एक होर क्वेश्चन लैके ने टीम वाल। द वर्ड निशान बिलोंग्स टू विच लैंग्वेज एंड व्हाट डज इट मीन। निशान किस भाषा का शब्द है अते इसका की अर्थ है। लाइफलाइन आप जी नू भी इदा ठीक शायद याद नहीं आ रहा मीनिंग। ने टीम ने एक्सपर्ट एडवाइस मंगी है तो साढ़े नाल अच सरदार भुपिंदर सिंह जी न्यू दिल्ली तो जुड़ रहे हैं। मैं उन्होंने रिक्वेस्ट करांगा कि इस टीम नू इस वर्ड का ठीक मीनिंग दस के कि भाषा तो और इदा की मीनिंग है वह दस के इन्हों गेम अगे वधाऊ जी। जी आया सरदार भुपिंदर सिंह। वाहेगुरु जी का खालसा वाहेगुरु जी की फतेह। इस प्रश्न आया शब्द निशान फारसी भाषा है जिसका अर्थ होता है झंडा या चिन्ह। आप जी ने सुनिया भुपिंदर सिंह जी का जवाब। आप जी ख्याल आ गया कुछ रिकलैक्ट कर पाए तो फिर अपने दर्शकों नाल एक बार ये जवाब साझा कर लो। ये जवाब ठीक है उन्हों का तुसी मुतफिक हो उन्हों के नाल। निशान फारसी भाषा का शब्द है जिस तरह के भुपिंदर वीर जी ने दसिया जिसका अर्थ है झंडा जां चिन्ह। ठीक है जी। सो फुल 10 मार्क्स टू दिस टीम आलसो। असी इत्थे लै रहे हैं जी एक छोटा जिहा ब्रेक। ब्रेक ते जाण तो पहले दर्शक उत्सुक होणगे दोनों टीम्स का स्कोर जानण लई। स्कोर हुण स्क्रीन बोर्ड ते। ब्रेक दे विच प्यारे दर्शकों लई एक ऑडियंस क्वेश्चन आ रहा है। आप जी अपना नाम फोटो ते शहर का नाम सानू छेती नाल लिख भेजो ताकि आप जी अपनी फोटो नैक्सट वीक स्क्रीन ते देख सको। मैं ब्रेक लई अपने दर्शकों को इजाज़त लै रहा। थैंक यू जी। रफ्तार भरी जिंदगी विच जरूरत है समय तो अग्गे रहण दी। तरक्की दी राह ते साथियां नू नाल रखण दी। कॉन्फिडेंस है दुनिया सामने हर रूप दे विच खड़े होण दा। ते कॉन्फिडेंस मिलदा सिमको तो। सिमको सुप्रीम हेयर फिक्सर। सिमको क्लासिक हेयर फिक्सर। पर्सनैलिटी नू निखारन वाला भरोसेमंद साथी। इसलिए अज भी अनेम यू कैन रिलाई अपॉन सिमको। स्मार्ट पंजाब मुहिम के तहत पहुँचे हैं सरकारी एलीमेंटरी स्कूल खैराबाद अमृतसर। सो पंजाब दे विच सरकारी स्कूलों की गल की जाए तो हज़ार तो उपर सरकारी स्कूल ने जिन्हां दे विच स्मार्ट क्लासेस लगाउण वास्ते पहल की है डेटा विंड ने। समीर वाओ जस्ट पॉइंटेड मूव स्पेशलिस्ट एलईडी टीवी स्मार्ट फीचर्स के साथ। महंगा होगा खुद देख ले। बेहतरीन पिक्चर स्टाइलिश डिजाइन 3 साल की वारंटी। वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. Vaheguru Ji Ka Khalsa, Vaheguru Ji Ki Fateh. Today's audience question. Name the Sikh boy who has received the most prestigious National Child Award 2020 by the President of India. आप जी अपने जवाब स्क्रीन ते लिखे प्रोसीजर अनुसार सानू भेज सकते हो। थैंक यू।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਪ੍ਰਸ਼ਨਾਂ ਦੀ ਲੜੀ ਨੂੰ ਅੱਗੇ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾ ਪ੍ਰਸ਼ਨ ਜਿਹੜਾ ਆ ਰਿਹਾ ਹੈ ਉਹ ਟੀਮ ਰਾਸ ਲਈ ਹੈ। ਹੁਣ ਸਾਡੇ ਦਰਸ਼ਕਾਂ ਵਾਸਤੇ ਵੀ ਔਰ ਆਪ ਲਈ ਵੀ ਇਹ ਬਜ਼ਰ ਰਾਊਂਡ ਹੈ। ਹੁਣ ਜਿਹੜੇ ਦੋ ਪ੍ਰਸ਼ਨ ਆਉਣੇ ਨੇ ਦੋਨੋਂ ਦੇ ਦੋਨੋਂ ਪ੍ਰਸ਼ਨ ਜਿਹੜੇ ਨੇ ਉਹ ਦੋਨੋਂ ਟੀਮਾਂ ਵਾਸਤੇ ਸਾਂਝੇ ਨੇ, ਕਾਮਨ ਹੈਗੇ ਨੇ। ਸੋ ਦੋਨੋਂ ਟੀਮਾਂ ਤਿਆਰ ਰਹਿਣ। ਹੁਣ ਇੱਕ ਇਬਾਰਤ ਆ ਰਹੀ ਹੈ, ਕਵਿਤਾ ਦੀਆਂ ਲਾਈਨਾਂ ਨੇ। ਹੁਣ ਕਵਿਤਾ ਦੀਆਂ ਲਾਈਨਾਂ ਆਉਣਗੀਆਂ ਜਿਹਦੇ ਵਿੱਚ ਦੋ ਲਾਈਨਾਂ ਮਿਸ ਨੇ ਔਰ ਦੋ ਲਾਈਨਾਂ ਤੁਸੀਂ ਪੂਰੀਆਂ ਕਰਨੀਆਂ। ਦੋ ਹੈ ਹੀ ਹੈ, ਦੋ ਉਹਦੇ 'ਚੋਂ ਪੂਰੀਆਂ ਕਰਨੀਆਂ। ਰਾਈਟ, ਸੋ ਦੋਨੋਂ ਟੀਮਾਂ ਤਿਆਰ ਰਹਿਣ। ਕਵਿਤਾਵਾਂ ਦੀਆਂ ਲਾਈਨਾਂ ਤੁਹਾਡੇ ਸਾਹਮਣੇ। ਬਾਣੇ ਨਾਲ ਉਹੀ ਜੁੜੇਗਾ ਡੈਸ਼, ਪੰਥ ਨਾਲ ਉਹੀ ਜੁੜੇਗਾ। ਸੋ ਬਦਰ ਰਾਸ ਟੀਮ ਨੇ ਪਹਿਲੇ ਵਜਾਇਆ ਅਤੇ ਕਿਰਪਾ ਕਰਕੇ ਆਪ ਇਹਨਾਂ ਲਾਈਨਾਂ ਨੂੰ ਪੂਰਾ ਕਰੋ ਜੀ। ਬਾਣੇ ਨਾਲ ਉਹੀ ਜੁੜੇਗਾ ਜਿਹੜਾ ਬਾਣੀ ਨਾਲ ਜੁੜਿਆ ਹੋਇਆ, ਪੰਥ ਨਾਲ ਉਹੀ ਜੁੜੇਗਾ ਜੋ ਗੁਰੂ ਗ੍ਰੰਥ ਨਾਲ ਜੁੜਿਆ ਹੋਇਆ। ਸੋ ਆਪ ਜੀ ਦਾ ਉੱਤਰ ਬਿਲਕੁਲ ਠੀਕ ਹੈ। ਆਪ ਜੀ ਨੂੰ 15 ਮਾਰਕਸ ਜਿਹੜੇ ਨੇ ਮਿਲਦੇ ਨੇ। ਸੋ ਅਗਲੀ ਜਿਹੜੀਆਂ ਲਾਈਨਾਂ ਨੇ ਕਵਿਤਾਵਾਂ ਦੀਆਂ ਉਹ ਆਪ ਜੀ ਦੇ ਸਕਰੀਨ 'ਤੇ। ਸੁੱਖ ਵੇਲੇ ਡੈਸ਼ ਕਰੀਏ, ਦੁੱਖ ਵੇਲੇ ਡੈਸ਼, ਹਰ ਵੇਲੇ ਡੈਸ਼ ਕਰੀਏ, ਅੱਗੇ ਖਾਲੀ ਸਥਾਨ ਆਵੇ ਰਾਸ। ਸੋ ਬਜ਼ਰ ਤੁਸੀਂ ਪਹਿਲੇ ਵਜਾਇਆ ਅਤੇ ਕਿਰਪਾ ਕਰਕੇ ਇਸ ਇਬਾਰਤ ਨੂੰ ਉੱਚਾ ਬੋਲ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਸੁੱਖ ਵੇਲੇ ਸ਼ੁਕਰਾਨਾ ਕਰੀਏ, ਅਰਦਾਸ ਕਰੀਏ। ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ ਕਰੀਏ, ਕਾਰਜ ਆਵੇ ਰਾਸ। ਸੋ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ ਕਰੀਏ, ਕਾਰਜ ਆਵੇ ਰਾਸ। ਆਪ ਜੀ ਨੂੰ ਪੂਰੇ 15 ਮਾਰਕਸ ਆਪ ਜੀ ਦੇ ਖਾਤੇ ਵਿੱਚ ਜੁੜ ਰਹੇ ਨੇ। ਬੜੇ ਧਿਆਨ ਦੇ ਨਾਲ ਤੁਸੀਂ ਉਸ ਚੀਜ਼ ਦੇ ਸ਼ਬਦਾਂ ਨੂੰ ਪੂਰਾ ਕੀਤਾ ਇਬਾਰਤ ਨੂੰ। ਸੋ ਬਹੁਤ ਅੱਛਾ ਲੱਗਾ ਅਤੇ ਕੋਈ ਨਹੀਂ, ਅੱਗੋਂ ਅਜੇ ਜਿਹੜੇ ਆ ਰਿਹਾ ਉਹਦੇ 'ਚ ਕਾਫੀ ਕੁਝ ਬਦਲੇਗਾ। ਪ੍ਰਸ਼ਨਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲਾ ਪ੍ਰਸ਼ਨ ਰਾਸ ਟੀਮ ਲਈ, ਆਡੀਓ ਕਲਿੱਪ ਆਪ ਜੀ ਲਈ। ਤਾਤਾ ਕੀ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਮੇਂ, ਇਹ ਮਾਰਗ ਸੰਸਾਰ ਕੋ ਵਿਰਲਾ ਪਾਵੇ ਕੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਆਪ ਜੀ ਹੁਣ ਠੀਕ ਤੁਕ ਬੋਲਦੇ ਹੋ ਜੇ ਤੁਸੀਂ ਜੋ ਠੀਕ ਸਮਝਦੇ ਹੋ। ਹਾਂਜੀ, ਚਿੰਤਾ ਤਾਂ ਕਿ ਕੀਜੀਏ ਜੇ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹਾਂਜੀ, ਬਿਲਕੁਲ ਸ਼ੋਰ ਹੋ? ਹਾਂਜੀ, ਪੱਕਾ? ਹਾਂਜੀ, ਫੁੱਲ 10 ਮਾਰਕਸ ਟੂ ਯੂ। ਸੋ ਅਗਲੀ ਆਡੀਓ ਕਲਿੱਪ ਨੇਹੇ ਟੀਮ ਲਈ। ਸਵਾਮੀ ਕੋ ਗ੍ਰਹ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਐ ਹਰ ਬਿਤ ਬੀ ਜਿਉ, ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਹੋਏ ਇੱਕ ਚਿੱਤ। ਪੱਕਾ ਕਰ ਲਓ ਪਹਿਲੇ ਆਪਸ 'ਚ, ਕਿਉਂਕਿ ਬਾਣੀ ਨੂੰ ਤੋੜਨ ਦਾ ਕਿਸੇ ਕੋਲ ਵੀ ਅਧਿਕਾਰ ਨਹੀਂ ਹੈ, ਠੀਕ ਹੈ ਨਾ? ਨਾ ਗਲਤ ਪੜ੍ਹਨ ਦਾ ਅਧਿਕਾਰ ਹੈ ਅਤੇ ਨਾ ਤੋੜਨ ਦਾ ਅਧਿਕਾਰ ਹੈ, ਠੀਕ ਹੈ? ਨਾਨਕ ਇਹ ਬਿਦ ਹਰ ਭਜਿਓ, ਹਰ ਭਜਿਓ, ਇੱਕ ਮਨ ਹੋਏ ਇੱਕ ਚਿੱਤ, ਹੋਏ ਇੱਕ ਚਿੱਤ। ਫੁੱਲ 10 ਮਾਰਕਸ ਯੂ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ 45ਵਾਂ ਸਲੋਕ ਹੈ। ਸੋ ਆਪ ਜੀ ਨੇ ਠੀਕ ਉੱਤਰ ਦਿੱਤਾ, 10 ਮਾਰਕਸ ਆਪ ਜੀ ਨੂੰ ਜੁੜਦੇ ਨੇ। ਸੋ ਅਗਲਾ ਪ੍ਰਸ਼ਨ ਜੋ ਹੈ ਆਪ ਨੂੰ ਇਸ
प्रतियोगिता का पता है कि ये विचकार जो तो प्रेम खेलन का चाओ अगर आप तुक बोल के उस दे नाल उत्तर दोगे तो आप जी नूं 10 बोनस मार्क्स मिलेंगे, जे तुक तो बगैर ठीक उत्तर दोगे तो केवल 10 मार्क्स मिलेंगे, तुक दे नाल गलत उत्तर दोगे तो नैगेटिव मार्किंग होएगी और तुक तो बगैर गलत उत्तर होएगा तो कोई नंबर जुड़ेगा नहीं ना कटेगा। ए दोनों टीमों लई रूल आप जी दसता गया। तो पहली इमेज जी आ रही है वो राज टीम लई जो तो प्रेम खेलन का चाओ अमन सिंह पुटानी। अमन सिंह पुटानी और जो तो प्रेम खेलन का चाओ भी तुसी बोलिया। फुल 20 मार्क्स टू योर अकाउंट्स, तुहाड़े खाते विच पूरे मार्क्स भी जुड़ गए ने। फॉर्मर एक्सपेडी एग्जीक्यूटिव अमन सिंह पुटानी इज द न्यू सीईओ ऑफ वैबसाइट होस्टिंग जाइंट गो डैडी। ऐसिया शख्सियतों नूं असीं सल्यूट करते हाँ कि जिहड़े अपनी योग्यता नाल अगे वधदियां ने। सो अगली इमेज ने टीम लई समाज है, सोच समझ के जवाब देना, समा है। जो तो प्रेम खेलन का जाओ सरदार हरदीप सिंह। सरदार हरदीप सिंह, आई एम सॉरी, तुसी तुक भी बोली है और नाम गलत लिया है। हरमीत सिंह मलिक है इन्हों का नाम। आपके नेगेटिव मार्किंग हो। वर्किंग इन फैट हटिंसन कैंसर रिसर्च सेंटर ही हैज़ बीन सेलेक्टेड बाई द नेशनल अकेडमी ऑफ साइंस अमेरिका फॉर रिसर्च ऑन जेनेसिस। सिलेबस से भेजिया होया, उसके बावजूद भी आप जी नाम दे विच कन्फ्यूजन हो गया। सो दोनों टीमों का की स्कोर है असी बहुत जल्दी जानते हैं। नतीजे आ गए जिदे विचकार ने टीम 30 मार्क्स नाल और राज टीम 90 मार्क्स नाल, जिहड़ा कि अजे तक की प्रतियोगिता दे विचकार हाईएस्ट स्कोर है उस दे नाल तुसी सैमीफाइनल च प्रवेश करन जा रहे हो। दोनों टीमों प्यार ते सत्कार देने वास्ते तो मैं सदा देन जा रहा अपने को एंकर वीर सरदार हरजिंदर सिंह जी बेनती करांगा कि वह सरदार कुलदीप सिंह जी और सरदार मनजीत सिंह जी चड्डा नूं लै के स्टेज ते आउण दी कृपालता करन। सानू खुशी है कि अज साडे विच सरदार कुलदीप सिंह जी MD सिमको ग्रुप खुद हाज़र होए हैं, जेडे मेन स्पोंसर सन इस शो दे, वो अपने हाथ दे नाल अज जेडी विनिंग टीम है उसनू जेडी सैमीफाइनल विच प्रोसीड कर गई है उसनू अपने हाथ नाल सिमको ग्रुप वालों एक गिफ्ट हैम्पर, वाइबर TV वालों कैश प्राइज सर्टिफिकेट एंड डाटा विंड वालों एक मोबाइल फोन पेश कर जी। प्लीज़ मैं हुण रिक्वेस्ट करांगा सरदार मनजीत सिंह जी चड्डा एंथरप्रेन्योर फ्रॉम मुंबई, जिहड़ी टीम अज इत्थों विदायगी लै रही है इस प्रोमिस दे नाल, जिस तरह मेरे वीर सरदार कुलमोहन सिंह जी ने इन्हां दे नाल शेयर किया कि वह अंबैसडर बन के इस शो की अगे प्रचार करनगे जिथे भी वह विचरणगे। सरदार मनजीत सिंह जी, सिमको वालों गिफ्ट एम्पर, फ्रैबो वालों एक होर गिफ्ट एम्पर, कैश प्राइज फ्रॉम वाइबर TV और सर्टिफिकेट साड़ी संस्था वालों, प्लीज़ एक्सेप्ट, थैंक यू। मैं हुण रिक्वेस्ट कर रहा सरदार कुलदीप सिंह जी नूं, जेड़े शुरू तो ही सानू इस प्रोग्राम नूं अगे ले जाण लई और फुल स्पोंसरशिप दे के प्रोग्राम नूं अगे वधाया है, मैं उन्हां नूं रिक्वेस्ट करांगा कि साढ़े दर्शकों के नाल दो वर्ड्स शेयर करन। प्लीज़। वाहिगुरु जी का खालसा, वाहिगुरु जी की फतेह। मैं सरदार हरजिंदर सिंह जी की गल तो पूरी तरह सहमत नहीं हाँ। सब तो पहले ये मेरे बड़े अच्छे मित्र हैं, दोस्त हैं, ये तारीफ कर रहे हैं एक दोस्ती निभाने वास्ते। मैं इस काबल नहीं हाँ कि मैं कुछ कर सकता, ये तो उस प्रभु की उस मालिक की कृपा है
कि उसने ऐसा समा बख्शिया, इस तरह का उद्यम दिता कि एज ए चैनल समझ लो कि भी उसके थ्रू असी चल रहे हाँ। और ये प्रोग्राम पिछले 5 साल का तो असं फंक्शन भी मना चुके हाँ, 6वें साल में इस वक्त चल रहा है। और उम्मीद है कि जिन्ना वध तो वध दाता चाहेगा ये प्रोग्राम अगे तो अगे चलता रहे। मेरी बेनती है कुछ होर भी एंटरप्रेन्योर्स जिहड़े प्रोग्राम नूं देखते हैं अगर वह चाहन तो वह भी प्रोग्राम दे विच शामिल हो के नाल इहदे विच हिस्सा पा के वह भी अगर आन तो उन्हां दे वास्ते भी बहुत बहुत शलाघा करदा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੁਸ਼ੀ ਲੈ ਰਹੇ ਹਾਂ ਆਪਣੀ ਟੀਮ ਔਰ ਆਪਣੇ ਸਾਰੇ ਦਰਸ਼ਕਾਂ ਦੇ ਬਿਹਾਫ ਤੇ ਕਿ ਸਹਿਯੋਗ ਦੇਣ ਲਈ ਸਰਦਾਰ ਕੁਲਦੀਪ ਸਿੰਘ ਜੀ MD ਸਿਮਕੋ ਗਰੁੱਪ ਨੂੰ ਇੱਕ ਯਾਦਗਾਰੀ ਚਿੰਨ੍ਹ ਪੇਸ਼ ਕਰੀਏ। ਪਲੀਜ਼ ਆਓ ਜੀ, ਜਸਪ੍ਰੀਤ ਕੌਰ ਜੀ ਪਲੀਜ਼ ਕਮ। ਲਓ ਜੀ, ਸੋ ਅੱਜ ਦਾ ਐਪੀਸੋਡ ਅਸੀਂ ਇੱਥੇ ਸਮਾਪਤ ਕਰਨ ਜਾ ਰਹੇ ਹਾਂ। ਅਗਲੇ ਹਫ਼ਤੇ ਇਸੇ ਚੈਨਲ 'ਤੇ ਇਸੇ ਵੇਲੇ ਫਿਰ ਮਿਲਾਂਗੇ ਅਗਲੇ ਪ੍ਰਤੀਯੋਗੀਆਂ ਦੇ ਨਾਲ ਅਤੇ ਨਵੇਂ ਪ੍ਰਸ਼ਨਾਂ ਦੇ ਨਾਲ। ਅਤੇ ਕਿਤੇ ਦੇਖਣਾ ਭੁੱਲਿਓ ਨਾ, ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ YouTube ਦੇ ਉੱਤੇ ਅਵੇਲੇਬਲ ਹਨ, ਆਪ ਕਦੀ ਵੀ ਉਹਨਾਂ ਨੂੰ ਦੇਖ ਸਕਦੇ ਔਰ ਆਪਣੇ ਸੁਝਾਅ Facebook ਦੇ ਉੱਤੇ ਦੇਣ ਦੀ ਕਿਰਪਾਲਤਾ ਕਰੋ ਤਾਂ ਕਿ ਅਸੀਂ ਉਹਨਾਂ ਸੁਝਾਵਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਰ ਸਕੀਏ, ਹੋਰ ਆਪ ਜੀ ਦੇ ਪਿਆਰ ਵਾਲਾ ਬਣਾ ਸਕੀਏ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।